स्वागत है किसान वीरो तुहाडा सिद्ध कडेरी फार्मिंग दे विच। किसान वीरो अज जिहड़ी वीडियो बना रहे हैं पिंड नथे वाला ये पुराना है दोस्तों, तो नाल ही नथे वाला नवा तहसील कोटकपुरा तो जिला फरीदकोट है। नेड़े पिंडां दी जे गल करिए सिखां वाला एक पासे सिरसड़ी नंगल ये आस पास है बीड़ मराणा दोस्तों, जिहड़े वीर संधु गोत नाल संबंध तो जानते हैं वह भी इत्थों नेड़ ही है। जिहड़े घर चों वीडियो बना रहे हैं खेतीबाड़ी दे नाल नाल इन्हां दा पशु पालन दा काम कुछ क नाग तुसीं घरे देख सकदे हो। अज जिहड़ी वीडियो है दोस्तों उहदे च एक बहुत वड्डे कद काठ दी तुहानूं मझ दिखाउणी है। ताजी सूई भी है, बच्चा इहदा इधर सामने तुसीं देख सकदे हो, दुध जिन्ना तैयार है वह बाई जी आपां नूं दस देणगे, तुसीं उहना दुध चो सकोगे। नंबर स्क्रीन ते चलदा रहना, तसल्ली जिहड़ी दुध वाले पक्ष तों उह तुहाडा काम है दोस्तों, तुसीं आ के करनी है। थान हवाने वालों तुहानूं चंगी तरह इह मझ मैं दिखा देनी है। सुबह मैं वीडियो बना रहा दसो, तुसीं हवाने की जजमेंट उस हिसाब से कर लियो। 11:15 का टाइम है, 10:40 स्क्रीन उत्ते दिसदे, आओ आपां डिटेल पुछिए फिर तुहानूं तोर के दिखावांगे। भाई सत श्री अकाल। नाम दस्सो जी अपना। डिप्टी सिंह जी। अच्छा भाई अज जिहड़ी आपां इह झोटी वकाऊ कीती है किन्नवा सूआ सूई है? इह तीजा सूआ जी। अपने घर की झोटी है? हाँ जी घर की झोटी। ठीक है, किहड़े झोटे की है जी? इह अवतार कोले सी बुलट झोटा जी। बुलट जिहड़ा झोटा सी नीली रावी नसल दा, उहदी इह ती है। ठीक है, तीजा सूआ सूई है। दुध इस टाइम किन्ना तैयार ते किन्ने दिनां दी सूई है? इह 12 दिन हो गए सूई नूं। ठीक है, 6 लीटर दुध एक डंग दा जी, 12 लीटर दिहाड़ी 12 लीटर दुध तैयार कर गई। हजे उह मैले तों तां नहीं तुरी इह जिहड़ा कड़ तुरदा हुंदा? नहीं 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 हजे नहीं तुरी। ठीक है, किन्ना क दुध उम्मीद करदे आ जी इहदे तों आपां? दुध देऊगी 18 किलो दे आसे पासे जी। ठीक है, 18 किलो दे आस पास देऊगी दुध? 16 किलो पिछली वार चोया दूजे सूए, पहले सूए 13 किलो सी। पहले सूए 13 किलो। इहदी बच्चा ने की दित्ता जी? इह बच्चा कट्टा जी। कट्टा, इह किहड़े माली दा कुछ पता है? ਇਹ ਜੀ ਸਾ ਆਪਣੇ ਪਿੰਡਾਂ 'ਚ ਜਿਹੜੇ ਗੁੱਜਰ ਹੁੰਦੇ ਆ ਸੀ ਤਾਂ ਝੋਟਾ ਬਹੁਤ ਵਧੀਆ ਜੀ। ਅੱਛਾ, ਅਤੇ ਇਹ ਹੁਣ ਜਾਵੜਿਆ ਉਹ ਕਾਲੇ ਰਾਵੇ 'ਤੇ ਇਸੇ ਨਾਲ ਦਾ ਝੋਟਾ ਸੀ ਸਿਰੇ ਦਾ ਜੀ। ਠੀਕ ਹੈ, ਉਹਦੇ ਤੋਂ ਕ੍ਰੋਸ ਕਰਾਈ ਸੀਗੀ? ਹਾਂਜੀ ਹਾਂਜੀ। ਠੀਕ ਹੈ, ਅੱਛਾ ਇਹਦਾ ਆਪਾਂ ਕੀ ਰੇਟ ਰੱਖਦੇ ਹਾਂ ਜੀ ਅੱਜ ਦਾ ਰੇਟ? ਅੱਜ ਦਾ ਰੇਟ ਜੀ ਆਪਾਂ ਤਿਆਰ 1.25 ਦੀ 1.25 ਦੀ ਦੇਵਾਂਗੇ, ਛੱਡਾਂਗੇ ਜੀ। ਠੀਕ ਹੈ, ਖੋਲ੍ਹੋ ਇਹਨੂੰ। ਸੋ ਦੋਸਤੋ ਅੱਜ ਦਾ ਦੁੱਧ 12 ਲੀਟਰ ਹੈ ਅਤੇ 12 ਦਿਨਾਂ ਦੀ ਅੱਜ ਸੂਈ ਹੋ ਗਈ ਹੈ। ਦੁੱਧ ਕਿੰਨਾ ਚੋਲੋਂਗੇ ਇਦੂ ਅੱਗੇ ਤੁਸੀਂ ਸਮਝਣਾ, ਅਜੇ ਮੈਲੇ ਤੋਂ ਨਹੀਂ ਤੁਰੀ ਇਹ, ਕੱਟੇ ਨੂੰ ਇਹਨੇ ਜਨਮ ਦਿੱਤਾ ਅਤੇ ਗੁੱਜਰਾਂ ਦੇ ਸਾਂਝ, ਜਿਵੇਂ ਗੁੱਜਰ ਇੱਥੇ ਸਾਡੇ ਏਰੀਏ 'ਚ ਕਿਉਂਕਿ ਰਾਜੇ ਦਾ ਬੀੜ ਹੈ ਉਹਦੇ ਕਰਕੇ ਚਰਾਉਣ ਵਾਸਤੇ ਮੱਝਾਂ ਆਉਂਦੀਆਂ, ਅਤੇ ਉਹਨਾਂ ਦੇ ਵਿੱਚੋਂ ਕਿਸੇ ਮਾਲੀ ਤੋਂ ਬਾਈ ਨੇ ਕ੍ਰੋਸ ਕਰਾਈ ਸੀ। ਤੀਜਾ ਸੂਆ ਸੋਈ ਹੈ, ਕੱਦ ਕਾਠ ਇਹਦਾ ਫੁੱਲ ਵੱਡਾ ਹੈ, ਮੈਂ ਤੁਹਾਨੂੰ ਵੀਡੀਓ 'ਚ ਹੀ ਆਈਡੀਆ ਕਰਵਾ ਦਿੰਦਾ। ਤੁਰਦੀ ਤੁਸੀਂ ਦੇਖੋਗੇ ਬਾਈ ਜੀ ਹੋਰਾਂ ਦੇ ਮੋਢੇ ਤੱਕ ਇਹ ਮੱਝ ਆਉਂਦੀ ਹੈ, ਮੋਢੇ ਤੋਂ ਟੱਪਦੀ ਹੈ। ਥਣ ਹਵਾਨਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ, 12 ਲੀਟਰ ਦੁੱਧ ਤਿਆਰ ਹੈ, ਪੱਕੇ ਹਵਾਨੇ ਦੀ ਹੈ ਇਹ, ਹਜੇ ਮੈਲੇ ਤੋਂ ਨਹੀਂ ਤੁਰੀ ਇਹ, ਹਜੇ ਕਾਣੇ ਦਾ ਤੁਰਨਾ, ਉਹਦੇ ਨਾਲ ਸੰਭਾਵਨਾ ਹੁੰਦੀ ਹੈ ਵੀ ਥੋੜ੍ਹਾ ਬਹੁਤ ਪਸ਼ੂ ਦੁੱਧ ਹੋਰ ਵੱਧਦਾ। ਬਾਕੀ ਦੁੱਧ ਹਮੇਸ਼ਾ ਤੁਹਾਡੀ ਸੇਵਾ ਦਾ, ਤੁਹਾਡੀ ਸਮਝਦਾ ਵੀ ਤੁਸੀਂ ਕਿੰਨਾ ਚੋਲੋਂਗੇ। ਵੈਸੇ ਇਹਨੇ 16 ਕਿਲੋ ਦੁੱਧ ਦੂਜੇ ਸੂਏ 'ਚ ਬਾਈ ਜਿਹੜੀ ਦੱਸਦੇ ਆ ਵੀ ਦਿੱਤਾ, ਅਤੇ ਪਹਿਲੇ ਸੂਏ 13 ਕਿਲੋ ਦੁੱਧ ਸੀ। ਇਸ ਵਾਰ ਉਮੀਦ ਇਹਨਾਂ ਨੂੰ ਚੰਗੇ ਦੁੱਧ ਦੀ ਹੈ, ਪਰ ਉਹ ਤੁਸੀਂ ਸਮਝਣਾ, ਮੈਂ ਵਾਰ ਵਾਰ ਇਹ ਗੱਲ ਐਡ ਕਰ ਦਿੰਦਾ ਹੁੰਦਾ ਤਾਂ ਕਿ ਆਪਸ ਵਿੱਚ ਵੀ ਤੁਹਾਡਾ ਕਿਸੇ ਗੱਲੋਂ ਮੁੜ ਕੇ ਫਰਕ ਨਾ ਪਵੇ। ਸੋ ਢਾਂਚੇ ਵੱਡੇ ਦੀ ਦੱਸੋ ਮੱਝ, 1.25 ਲੱਖ ਰੁਪਈਆ ਇਹਦਾ ਮੁੱਲ ਹੈ, 1.25 ਲੱਖ ਰੁਪਈਆ ਇਹਦੀ ਡਿਮਾਂਡ ਹੈ। ਤੋਰ ਦਿਓ ਜੀ ਬੰਦ ਅੰਦਰ ਨੂੰ। ਸੋ ਹਵਾਨਾ ਤੁਸੀਂ ਫੇਰ ਇਹਦਾ ਦੇਖ ਸਕਦੇ ਹੋ, ਥਣ ਦਾ ਸਹਿਜ, ਪਿਛਲੇ ਥਣ ਦਾ ਸਹਿਜ ਤੁਸੀਂ ਹੁਣ ਤੁਰਦੀ ਤੋਂ ਦੇਖ ਸਕਦੇ ਹੋ। ਅਗਲੇ ਥਣ ਪਿਛਲਿਆਂ ਦੇ ਮੁਕਾਬਲੇ ਇਸ ਟਾਈਮ ਲੰਬਾਈ 'ਚ ਆ, ਪਰ ਜਦੋਂ ਪਸਮਾ 'ਚ ਆਉਣਗੇ ਉਦੋਂ ਆਈਡੀਆ ਹੋ ਜੂਗਾ ਵੀ ਇਹ ਥਣ ਕਿੱਦਾਂ ਦਾ ਰਹਿੰਦਾ। ਸੋ ਵੱਡੇ ਢਾਂਚੇ ਦੀ ਇੱਕ ਵੱਡੀ ਝੋਟੀ ਫੋਰ ਸੇਲ, 1.25 ਲੱਖ ਰੁਪਈਆ ਡਿਮਾਂਡ ਹੈ ਇਹ, ਇਹਦੇ ਨਾਲ ਕੱਟਾ ਜਿਹਨੂੰ ਪਸੰਦ ਆਵੇ ਦੋਸਤੋ। ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ 'ਤੇ ਤੁਸੀਂ ਕਾਲ ਕਰਨੀ ਹੈ, ਆ ਕੇ ਦੇਖ ਕੇ ਤਸੱਲੀ ਕਰਨਾ ਤੁਹਾਡਾ ਹੱਕ ਹੈ। ਸੋ ਢਾਂਚਾ ਅਤੇ ਥਣ ਹਵਾਨਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਤਾ, ਅਗਲੇ ਥਣ ਦਾ ਸਹਿਜ ਜਾਂ ਜਿਹੜਾ ਉਹ ਪਿਛਲੇ ਥਣ ਦਾ ਸਹਿਜ ਉਹ ਇੱਥੋਂ ਵੀ ਤੁਸੀਂ ਨੋਟ ਕਰ ਲਿਓ ਜੀ ਕਿੱਦਾਂ ਦਾ ਦਿਸਦਾ। ਸੋ ਇਹ ਮੱਝ ਦੋਸਤੋ ਵਕਾਊ ਹੈ। ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ।